हेलो गाइस, हो आर यू आई होप यू आर फाइन गाड गिव यू लॉट ऑफ हैप्पीनेस। लैट स्टार्ट आवर विलाग अज अं रैबरस का बेबी पकड़े रैबर द बेबी बड़े इनोसेंट है जेना ज्यादा पकड़िए ना, ना फिर थोड़े ब्रूले टाइप हो जाते हैं तो फिर यहाँ कोई भी फात सद बिल्ली, कुत्ता या बेबीबी बन के फात सकते हैं इस वास्तियों नहीं फत ਜਿਹਨਾਂ ਨਾਨਾਪਤੀਏ ਫੇਰੇ ਐਕਟਿਵ ਤੇ ਕਲੇਵਰ ਰਹਿਣਦੇ ਅੱਗੇ ਇੱਕ ਨਾ ਹੁਰੀਆ ਵੀ ਜਿਹੜਾ ਇਹਦਾ ਬੇਬੀ ਐ ਰੈਪਰ ਤਾਂ ਪਕੜ ਲੈਂਦੀ ਐ ਤੇ ਫੇਰ ਉਹਨ ਜਿਹੜਾ ਨਾ ਚੁੱਕ ਕੇ ਸਾਰਦੇ ਜਿਵੇਂ ਬੇਬੀ ਨਹੀਂ ਚੁੱਕੀਦਾ ਇੰਜੇ ਚੁੱਕ ਕੇ ਫਿਰਦੇ ਰਹਿੰਦੀ ਐ ਤੇ ਫੇਰ ਉਹਦੀ ਗਰੋਥ ਵੀ ਨਹੀਂ ਜ਼ਿਆਦਾ ਹੋਈ ਤੇ ਫੇਰ ਉਹ ਮਰ ਗਈ ਇਸ ਵਾਸਤੇ ਅਸੀਂ ਉਹਨਾਂ ਅਵਾਇਡ ਹੀ ਕਰਨੇ ਆ ਕਿ ਇਹਨਾਂ ਨੂੰ ਫੱਦੀਏ ਹੁਣ ਬੱਚੇ ਫੱਦਣ ਲੱਗੇ ਨੇ ਮາກ ਤੇ ਡੱਕਸ ਮາກ ਜਿਹੜੇ ਨਾ ਉਹਦੇ ਦੋ ਕਿਊਟ ਕਿਊਟ ਬੇਬੀ ਨੇ 블랙 컬러 ਦੇ ਮੱਗ ਨੇ ਇੱਕ ਮੱਗ ਇੱਕ ਮਗਣੀ ਨਾਲ ਦੋ ਜਿਹਨਾਂ ਦੇ ਕਿਊਟ ਕਿਊਟ ਬੱਚੇ ਨੇ ਤੇ ਉਹ ਸਹੀ ਲਾਈਨ ਬਣਾ ਕੇ ਚੱਲਦੇ ਹਨ ਮਾਸ਼ਾਅੱਲਾ ਜੋ ਚੱਲਦੇ ਨਾ ਵੀ ਖੀਤ ਬੜਾ ਮਜ਼ਾ ਆਉਂਦਾ ਹੈ ਬੇਬੀ ਮਾਸ਼ਾਅੱਲਾ ਕਾਫੀ ਵੱਡੇ ਹੋਏ ਨੇ ਕਿਉਂਕਿ ਪਤਾ ਤਾਂ ਜਿਹੜੇ ਬੇਬੀ ਹੁੰਦੇ ਨਾ ਉਹਦੀ ਗ੍ਰੋਥ ਬੜੀ ਜਲਦੀ ਹੁੰਦੀ ਹੈ ਪਹਿਲਾਂ ਤਾਂ ਬਿਲਕੁਲ ਨਿੱਕੇ ਹੁੰਦੇ ਨੇ ਤੇ ਇੱਕੋ ਵਾਰੀ ਉਹਨਾਂ ਸਪਰੈਡ ਹੋ ਜਾਂਦੇ ਨੇ ਇਹ ਵੀ ਵੇਖੋ ਮਾਸ਼ਾਅੱਲਾ ਕਿੱਡੇ ਬਿਊਟੀਫੁੱਲ ਲੱਗਦੇ ਨੇ ਸੇਮ ਕਲਰ ਹੈ ਸਾਰਿਆਂ ਦਾ ਇਨਾ ਮੱਗਾਂ ਦੇਨ ਵੈਸੇ ਤੇ ਇਤੇ ਫਿਰ ਦੇਨ ਦੇ ਨਾਲ ਤੇ ਬਾਹਰ ਜਿਹੜੇ ਨਾ ਬਾਹਰ ਖੇਤਾਂ ਚ ਪਾਣੀ ਚ ਤੇ ਜਿਹੜੀ ਇਹ ਨਾ ਹੈ ਨੇ ਹੈਂਦੇ ਚਾਰ ਚਿਕਸ ਨੇ ਛੋਟੇ ਛੋਟੇ ਇਹ ਮਾ ਇਹ ਬਤ ਹੈ ਤੇ ਬਤ ਜਿਹੜਾ ਇਹ ਨਾਲ ਆਲਾ ਦੋ ਆਣਾ ਇੱਕ ਜਿਹੜਾ ਨਾ ਫੋਟ ਹੋ ਗਿਆ ਤੇ ਫਿਰ ਉਹਨੇ ਇਕੱਲਾ ਵੇ ਤੇ ਹੁਣ ਜਿਹੜਾ ਗ੍ਰੀਨ ਜਿਹਨਾਂ ਉਹ ਤਿਆਰ ਹੋ ਗਿਆ ਜਿੰਨ ਅਸੀਂ ਸਾਗ ਆਨੇ ਆ ਮੱਜਾਂ ਦੇ ਵੈਸੇ ਤੇ ਪੱਠੇ ਹੀ ਨੇ ਤੇ ਅਸੀਂ ਐਂ ਤਰੋੜ ਕੇ ਨਾ ਉਤੋਂ-ਉਤੋਂ ਜਿਹੜੇ ਬਿਊਟੀਫੁੱਲ ਜਿਹੜੇ ਲੀਫ ਹੁੰਦੇ ਨੇ ਉਹ ਅਸੀਂ ਤਰੋੜ ਕੇ ਤੇ ਫਿਰ ਇਸ ਸਾਗ ਕਾ ਲੈਂਦੇ ਆ ਤੇ ਬਿਲਕੁਲ ਫਰੈਸ਼ ਹੁੰਦਾ ਤੇ ਬਹੁਤ ਜਿਹੜਾ ਨਾ ਮਜ਼ੇ ਦਾ ਬਣਦਾ ਐ ਜਿਹੜਾ ਚਾਰਾ ਹੈ ਨਾ ਸਰਦੀਆਂ ਵਿੱਚ ਬਹ ਫੈਲਣ ਪਾਇਆ ਜਾਂਦਾ ਤੇ ਸਾਰੀ ਸਰਦੀਆਂ ਹੁਣ ਤਕਰੀਬਨ ਜਿਹੜਾ ਨਾ ਐ ਚੱਲਣਾ ਤੇ ਹੁਣ ਤਕਰੀਬਨ ਾਰ ਖੇਤ ਵਿੱਚ ਨਾ ਜਿਹੜੀ ਸੀ ਨਵੀਂ ਫਸਲ ਗੱਡੀ ਆਈ ਤੇ ਉਹ